और मैं सोचता हूँ इस गोल्डन टेम्पल में माथा टिकाने के लिए देश का जन जन ये प्रयास करता है कि मेरे को भी ये मौका मिले कि मैं भी यहाँ माथा टिकाकर ये आशीर्वाद लूं कि मैं ईमानदारी से काम करूं, जनता का सेवक बनकर काम करूं, पंजाब के विकास के लिए, चंडीगढ़ के विकास के लिए जो कुछ भी मेरे को प्रभु ने अब तक सिखाया है उसको मैं ठीक प्रकार से जमीन पर उतार सकूं। यहाँ से माथा टेक करके मैं ये आशीर्वाद लेकर जा रहा हूँ कि मैं मेरे काम में सफल हूँ, अमन चैन और शांति बनी रहे, भाईचारा बना रहे और देश तरक्की के रास्ते पर आगे बढ़े। गुरु जी का खालसा वाहेगुरु जी की फतेह। असीं इस मौजूद हाँ सचखंड श्री हरिमंदर साहब जी दरबार ते। दस दिए कि अज जो पंजाब दे मुख मंत्री ने सरदार भगवंत सिंह मान जो खास तौर दे उत्ते जो सचखंड श्री हरिमंदर साहब विखे दर्शन दारे करन वास्ते पहुंच रहे ने तां उहनां दे नाल ही जो पंजाब दे नवें गवर्नर ਉਹ ਵੀ ਨਾਲ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਜੋ ਫੋਰਸ ਹੈ ਉਹ ਇੱਥੇ ਲਗਾਈ ਗਈ ਹੈ। ਤਾਂ ਦੱਸ ਦਈਏ ਕਿ ਜਦੋਂ ਨਵੇਂ ਬਣੇ ਜੋ ਗਵਰਨਰ ਸਾਹਿਬ ਨੇ ਜੋ ਗੁਲਾਬ ਚੰਦ ਕਟਾਰੀਆ ਜੀ ਤਾਂ ਉਹ ਵੀ ਖਾਸ ਤੌਰ ਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਹੋਣਗੇ ਤਾਂ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਤਾਂ ਗੁਰੂ ਨਗਰੀ ਦੇ ਵਿੱਚ ਆ ਕੇ ਕਈ ਕਹਿ ਸਕਦੇ ਹਾਂ ਕਿ ਇੱਕ ਮੀਟਿੰਗ ਵੀ ਛੋਟੀ ਜਿਹੀ ਕੀਤੀ ਜਾਣੀ ਆ ਜਿਸ ਦੇ ਵਿੱਚ ਕਿ ਵਿਚਾਰ ਵਟਾਂਦਰੇ ਕਰਨਗੇ ਕਿ ਪੰਜਾਬ ਦੀ ਜੋ ਕਹਿ ਸਕਦੇ ਹਾਂ ਕਿ ਕਾਨੂੰਨੀ ਵਿਵਸਥਾ ਨੂੰ ਲੈ ਕੇ ਜਾਂ ਆਪਾਂ ਗੱਲ ਕਰ ਲਈਏ ਕਿ ਹੋਰ ਸੁੱਖ ਸਹੂਲਤਾਂ ਨੂੰ ਲੈ ਕੇ ਪੰਜਾਬ ਦੀਆਂ, ਕਿਉਂਕਿ ਪਿੱਛੇ ਬੀਤੇ ਸਮੇਂ ਤੋਂ ਕਾਫੀ ਜ਼ਿਆਦਾ ਜੋ ਨਸ਼ਿਆਂ ਨੂੰ ਲੈ ਕੇ ਜੇ ਆਪਾਂ ਗੱਲ ਕਰ ਲਈਏ ਤਾਂ ਕਾਫੀ ਚੀਜ਼ਾਂ ਜੋ ਆ ਸਾਹਮਣੇ ਆਈਆਂ ਨੇ ਤਾਂ ਉਹਨਾਂ ਸਾਰਿਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਗੱਲਬਾਤ ਕਰਦੇ ਦਿਖਾਈ ਦੇਣਗੇ ਸਰਦਾਰ ਭਗਵੰਤ ਸਿੰਘ ਮਾਨ। ਤਾਂ ਉੱਥੇ ਹੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣਗੇ ਤਾਂ ਨਾਲ ਦੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣ ਤੋਂ ਬਾਅਦ ਜੋ ਜਲਿਆਂਵਾਲੇ ਬਾਗ ਤਾਂ ਜਲਿਆਂਵਾਲੇ ਬਾਗ ਤੋਂ ਬਾਅਦ ਦਰਗਿਆਣਾ ਮੰਦਿਰ ਰਾਮ ਤੀਰਥ ਵਿਖੇ ਵੀ ਨਤਮਸਤਕ ਹੋਣਗੇ। ਤਾਂ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ, ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਜੋ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਵੇਖ ਸਕਦੇ ਗੱਡੀਆਂ ਦਾ ਕਾਫਲਾ ਇੱਥੇ ਪਹੁੰਚ ਚੁੱਕਿਆ। ਗਵਰਨਰ ਸਾਹਿਬ, ਰਾਜਪਾਲ ਪੰਜਾਬ, ਨਵੀਂ ਨਿਯੁਕਤੀ ਹੋਈ ਹੈ ਤੇ ਉਹ ਪਰਿਵਾਰ ਸਮੇਤ ਅੱਜ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਨੇ, ਅੱਜ ਅਰਦਾਸ ਕਰਨ ਆਏ ਨੇ ਪੰਜਾਬ ਦੇ ਭਲੇ ਦੀ, ਦੇਸ਼ ਦੇ ਭਲੇ ਦੀ, ਸ਼ਾਂਤੀ ਦੀ। ਸੋ ਸਵਾਗਤ ਵੀ ਉਹਨਾਂ ਦਾ ਪੰਜਾਬ 'ਚ ਨਵੇਂ ਗਵਰਨਰ ਬਣਨ 'ਤੇ, ਤੇ ਨਾਲ ਨਾਲ ਪਰਮਾਤਮਾ ਸਮਰਥ 'ਤੇ ਬਲ ਬਖਸ਼ੇ ਕਿ ਅਸੀਂ ਪੰਜਾਬ ਦੇ ਜੋ ਜੋ ਵੀ ਸਾਡੇ ਅਧਿਕਾਰ ਖੇਤਰ ਨੇ ਅਸੀਂ ਆਪਣੇ ਅਧਿਕਾਰ ਖੇਤਰਾਂ ਦੇ ਅਧੀਨ ਪੰਜਾਬ ਦੇ ਲੋਕਾਂ ਦੀ, ਦੇਸ਼ ਦੇ ਲੋਕਾਂ ਦੀ ਸੇਵਾ ਕਰਦੇ ਰਹੀਏ। ਕੋਈ ਅੱਜ ਰਾਜਨੀਤਿਕ ਕੁਐਸਚਨ ਦਾ ਮੈਂ ਕੋਈ ਜਵਾਬ ਨਹੀਂ ਦਊਂਗਾ, ਤੁਸੀਂ ਪੁੱਛੋਗੇ ਗਵਰਨਰ ਸਾਹਿਬ ਅੱਗੇ ਜੋ ਵੀ ਉਹਨਾਂ ਦੀ ਫੀਲਿੰਗ ਹੈ ਇੱਥੇ ਆ ਕੇ ਪਰਿਵਾਰ ਸਮੇਤ। ਕਿ ਮੈਂ ਪੰਜਾਬ ਦਾ ਰਾਜਪਾਲ ਬਣ ਕਰਕੇ ਯਹਾਂ ਅਭੀ ਆਇਆ ਹੂੰ। ਮੈਂ ਸੋਚਤਾ ਹੂੰ ਇਹ ਇੱਕ ਐਸੀ ਜ਼ਮੀਨ ਹੈ ਜਿਸਕੇ ਕਾਰਨ ਸੇ, ਗੁਰੂਓਂ ਕੇ ਬਲੀਦਾਨ ਕੇ ਕਾਰਨ ਸੇ ਯੇ ਦੇਸ਼ ਔਰ ਸੰਸਕ੍ਰਿਤੀ ਆਜ ਤੱਕ ਆਪਣੇ ਪਾਸ ਸੁਰੱਖਿਅਤ ਹੈ। ਔਰ ਮੈਂ ਸੋਚਤਾ ਹੂੰ ਇਸ ਗੋਲਡਨ ਟੈਂਪਲ ਮੈਂ ਮਾਥਾ ਟਿਕਾਣੇ ਕੇ ਲੀਏ ਦੇਸ਼ ਕਾ ਜਨ ਜਨ ਯੇ ਪ੍ਰਯਾਸ ਕਰਤਾ ਹੈ ਕਿ ਮੇਰੇ ਕੋ ਵੀ ਇਹ ਮੌਕਾ ਮਿਲੇ ਕਿ ਮੈਂ ਵੀ ਯਹਾਂ ਮਾਥਾ ਟਿਕਾਕਰ ਯੇ ਆਸ਼ੀਰਵਾਦ ਲੂੰ ਕਿ ਮੈਂ ਇਮਾਨਦਾਰੀ ਸੇ ਕਾਮ ਕਰੂੰ, ਜਨਤਾ ਕਾ ਸੇਵਕ ਬਣ ਕੇ ਕਾਮ ਕਰੂੰ, ਪੰਜਾਬ ਕੇ ਵਿਕਾਸ ਕੇ ਲੀਏ, ਚੰਡੀਗੜ੍ਹ ਕੇ ਵਿਕਾਸ ਕੇ ਲੀਏ ਜੋ ਕੁਛ ਵੀ ਮੇਰੇ ਕੋ ਪ੍ਰਭੂ ਨੇ ਅਬ ਤੱਕ ਸਿਖਾਇਆ ਹੈ ਉਸਕੋ ਮੈਂ ਠੀਕ ਪ੍ਰਕਾਰ ਸੇ ਜ਼ਮੀਨ ਪਰ ਉਤਾਰ ਸਕੂੰ। ਤੋ ਮੈਂ ਸੋਚਤਾ ਹੂੰ ਯੇ ਜੋ ਸ਼ਕਤੀ ਹੈ ਜਹਾਂ ਸੇ ਮਾਥਾ ਟੇਕ ਕਰਕੇ ਮੈਂ ਯੇ ਆਸ਼ੀਰਵਾਦ ਲੈ ਕੇ ਜਾ ਰਹਾ ਹੂੰ ਕਿ ਮੈਂ ਮੇਰੇ ਕਾਮ ਮੈਂ ਸਫਲ ਹੂੰ, ਅਮਨ ਚੈਨ ਔਰ ਸ਼ਾਂਤੀ ਬਣੀ ਰਹੇ, ਭਾਈਚਾਰਾ ਬਣਾ ਰਹੇ ਔਰ ਦੇਸ਼ ਤਰੱਕੀ ਕੇ ਰਾਸਤੇ ਪਰ ਆਗੇ ਬੜੇ, ਉਸਮੇ ਹਮ ਲੋਗੋ ਕਾ ਵੀ ਸਹਿਯੋਗ ਹੋ, ਇਸੀ ਕੇ ਲੀਏ ਮੈਂ ਯਹਾਂ ਮਾਥਾ ਟੇਕ ਕਰਕੇ ਆਸ਼ੀਰਵਾਦ ਦੇਣੇ ਕੇ ਲੀਏ ਆਇਆ ਹੂੰ। ਆਪ ਸਭ ਕੋ ਵੀ ਇਸ ਅਵਸਰ ਪਰ ਮੇਰੀ ਔਰ ਸੇ ਬਹੁਤ ਬਹੁਤ ਧੰਨਵਾਦ, ਬਧਾਈ, ਥੈਂਕ ਯੂ।
ਕਰਨਾ ਸਾਂਝਾ ਕੀਤਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਪੰਜਾਬ ਦੇ ਨਵੇਂ ਗਵਰਨਰ ਸਾਹਿਬ ਜੋ ਗੁਲਾਬ ਚੰਦ ਕਟਾਰੀਆ ਜੀ ਅੱਜ ਉਹਨਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਚੜ੍ਹਦੀ ਕਲਾ ਲਈ ਅਰਦਾਸ ਉਹਨਾਂ ਵੱਲੋਂ ਅੱਜ ਇੱਥੇ ਕੀਤੀ ਗਈ ਆ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਰ ਸਿੰਘ ਜਗਬਾਣੀ ਟੀਵੀ ਸ੍ਰੀ ਅੰਮ੍ਰਿਤਸਰ ਸਾਹਿਬ।